ਡਿਸਮਿਸ ਮੁਲਾਜ਼ਮਾਂ ਨੇ ਸਰਕਾਰ ਉੱਤੇ ਪੱਖਪਾਤ ਕਰਨ ਦਾ ਲਗਾਇਆ ਇਲਜ਼ਾਮ। ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਪੰਜਾਬ ਪੁਲਿਸ ਦੇ ਕਈ ਮੁਲਾਜ਼ਮਾਂ ਨੂੰ ਡਿਸਮਿਸ ਕਰ ਦਿੱਤਾ ਗਿਆ ਸੀ ਅਤੇ ਇਹਨਾਂ ਮੁਲਾਜ਼ਮਾਂ ਨੇ ਵੱਖ-ਵੱਖ ਕੇਸ ਵਿੱਚ ਹੋਈ ਸਜ਼ਾ ਨੂੰ ਭੁਗਤ ਲਿਆ ਹੈ, ਪਰ ਇਹਨਾਂ ਮੁਲਾਜ਼ਮਾਂ ਨੂੰ ਅਜੇ ਤੱਕ ਸਰਕਾਰ ਨੇ ਬਹਾਲ ਨਹੀਂ ਕੀਤਾ। 250 ਦੇ ਕਰੀਬ ਪੰਜਾਬ ਪੁਲਿਸ ਦੇ ਇਹ ਸਜ਼ਾ ਯਾਫਤਾ ਕਰਮਚਾਰੀਆਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਵਿੱਚ ਇੱਕ ਮੰਗ ਪੱਤਰ ਵੀ ਦਿੱਤਾ ਗਿਆ, ਪਰ ਅਜੇ ਤੱਕ 250 ਦੇ ਕਰੀਬ ਪੰਜਾਬ ਪੁਲਿਸ ਦੇ ਇਹ ਸਜ਼ਾ ਯਾਫਤਾ ਕਰਮਚਾਰੀਆਂ ਨੂੰ ਬਹਾਲ ਕਰਨ ਦਾ ਕੋਈ ਫੈਸਲਾ ਸਰਕਾਰ ਨੇ ਨਹੀਂ ਲਿਆ ਹੈ, ਜਿਸ ਦੇ ਚੱਲਦੇ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਤਕਰੀਬਨ 40 ਸਜ਼ਾ ਯਾਫਤਾ ਕਰਮਚਾਰੀ ਇੱਕ ਵਾਰ ਫਿਰ ਪਟਿਆਲਾ ਦੇ ਨਹਿਰੂ ਪਾਰਕ ਵਿੱਚ ਇਕੱਤਰ ਹੋਏ, ਜਿਨ੍ਹਾਂ ਨੇ ਪੱਤਰਕਾਰਾਂ ਨਾਲ ਆਪਣੀ ਗੱਲਬਾਤ ਕੀਤੀ। ਪਟਿਆਲਾ ਤੋਂ ਅਜੀਤ ਵੈਬ ਟੀਵੀ ਲਈ ਅਮਨਦੀਪ ਸਿੰਘ ਦੀ ਰਿਪੋਰਟ। ਮੇਰਾ ਨਾਂ ਸਬ ਇੰਸਪੈਕਟਰ ਕ੍ਰਿਸ਼ਨ ਲਾਲ ਹੈ ਜੀ, ਮਲੋਟ ਤੋਂ ਬਿਲੋਂਗ ਕਰਦਾ ਮੈਂ। ਕ੍ਰਿਸ਼ਨ ਜੀ, ਆਪਾਂ ਗੱਲ ਕਰੀਏ ਸਜ਼ਾ ਜ਼ਾਬਤਾ ਮੁਲਾਜ਼ਮ, ਪਹਿਲਾਂ ਵੀ ਤੁਸੀਂ ਪਟਿਆਲੇ ਉਰੇ ਆਏ ਸੀਗੇ, ਕੀ ਕਾਰਵਾਈ ਹੋਈ ਹੈ? ਤੁਸੀਂ ਮਹਿਲ ਦੇ ਵਿੱਚ ਜਾ ਕੇ ਅਸੀਂ ਮਿਲ ਕੇ ਸੀ ਆਪਣੇ ਮਸਲਿਆਂ ਨੂੰ ਲੈ ਕੇ। ਦੇਖੋ ਜੀ, ਪਹਿਲਾਂ ਮੈਂ 5/7/2018 ਨੂੰ DGP ਆਫਿਸ ਗਿਆ ਸੀ, ਉੱਥੇ ਅਸੀਂ ਬੇਨਤੀ ਕੀਤੀ ਸੀ। ਪਹਿਲਾਂ ਤਾਂ DGP ਸਾਹਿਬ ਨੂੰ ਸਾਨੂੰ ਮਿਲ ਨਹੀਂ ਦਿੱਤਾ, ਉੱਥੇ ਸਾਨੂੰ ਮਿਲਾਇਆ DGP ਸਾਹਿਬ ਪ੍ਰੈਜੈਂਟ ਸੀਗੇ, ਸਾਨੂੰ ਮਿਲਾਇਆ ਕਿਹਨੂੰ? ADGP ਐਡਮਨ ਨੂੰ, ਜਿਨ੍ਹਾਂ ਦਾ ਕੋਈ ਬਣਦਾ ਹੀ ਨਹੀਂ ਸੀ ਸਾਡੇ ਨਾਲ, ਜਿਹੜੇ ਕੋਈ ਜਿਨ੍ਹਾਂ ਕੋਲ ਪਾਵਰ ਹੀ ਹੈ ਨਹੀਂ ਸਾਨੂੰ ਕਰਨ ਦੀ, ਉਹਨਾਂ ਨੂੰ ਪਹਿਲਾਂ ਤਾਂ ਕਿਉਂ ਮਿਲਾਇਆ? ਜੇ ਮਿਲਾਇਆ ਵੀ ਤਾਂ ਉਹਨਾਂ ਨੇ ਸਾਨੂੰ ਕਿਹਾ ਵੀ ਐਪਲੀਕੇਸ਼ਨਾਂ ਦੇ ਦਿਓ। ਹੁਣ ਨਤੀਜਾ ਇਹ ਨਿਕਲਿਆ ਵੀ ਜਿਹੜੇ ਜਿਹੜੇ ਬੰਦੇ ਉੱਥੇ ਐਪਲੀਕੇਸ਼ਨਾਂ ਦੇ ਆਏ, ਉਹਨਾਂ ਦੀ ਅਪੀਲਾਂ ਡਿਸਮਿਸ ਹੋ ਰਹੀਆਂ। ਜਿਨ੍ਹਾਂ ਨੇ ਨਹੀਂ ਦਿੱਤੀਆਂ ਉਹ ਤਾਂ ਅਜੇ ਪੈਰਵੀ ਚੱਲ ਰਹੀ ਹੈ, ਪਰ ਜਿਹੜੇ ਦੇ ਆਏ ਉਹਨਾਂ ਦੀ ਅਪੀਲਾਂ ਡਿਸਮਿਸ ਹੋ ਰਹੀਆਂ। ਆਹ ਅਮਰਜੀਤ ਸਿੰਘ ਹੈੱਡ ਕਾਂਸਟੇਬਲ ਹੈ, ਇਹਨਾਂ ਨੇ ਵਿਚਾਰਿਆਂ ਨੇ ਉੱਥੇ ਕਹਿਣ 'ਤੇ ਦੇ ਦਿੱਤੀਆਂ ਐਡਮਨ ਸਾਹਿਬ ਨੂੰ ਵੀ, ਉਹਨਾਂ ਨੇ ਕੋਲੋਂ ਤੋਂ ਮਿੱਟੀ ਝਾੜਤੀ ਵੀ ਦਿਓ ਸਾਨੂੰ ਐਪਲੀਕੇਸ਼ਨਾਂ ਯਾਰ, ਤਾਂ ਉਹਨਾਂ ਦੀ ਅਪੀਲਾਂ ਡਿਸਮਿਸ ਕਰੀ ਜਾਂਦੇ ਆ। ਕਾਰਨ ਜੀ, ਜਿਹੜੇ ਮੁਕੱਦਮਿਆਂ ਦੇ ਵਿੱਚ ਪੁਲਿਸ ਅਫਸਰ ਕਿਤੇ ਕੇਸ ਰਜਿਸਟਰ ਹੋ ਜਾਂਦਾ, ਉਹਨਾਂ ਨੂੰ ਸਜ਼ਾ ਹੋ ਜਾਂਦੀ ਹੈ। ਸਜ਼ਾ 3 ਸਾਲ ਤੋਂ ਘੱਟ ਜਿਹੜੀ ਸਜ਼ਾ ਵਾਲੇ ਕਰਮਚਾਰੀ ਹੈ, ਉਹਨਾਂ ਨੂੰ ਆਪਦੇ ਤੌਰ 'ਤੇ ਮਹਿਕਮਾ ਬਹਾਲ ਕਰ ਸਕਦਾ, ਆਪਦੇ ਤੌਰ 'ਤੇ ਕੋਈ ਜਿਹੜੀ ਸਜ਼ਾ ਦੇ ਕੇ। ਅਤੇ ਇਹਦੇ ਵਿੱਚ ਹੁਣ ਮੇਰੇ ਕੋਲ ਆਹ ਲਿਸਟ ਹੈ ਜੀ, 28, 29 ਕਿ 35 ਹੋ ਗਏ ਨੇ ਮੇਰੇ ਕੋਲ, ਆਹ ਕਰਮਚਾਰੀ ਹੈ ਜਿਹੜੇ ਕਿ ਸਜ਼ਾ ਜ਼ਾਬਤਾ ਹੈ ਅਤੇ ਇਹ ਡਿਊਟੀ ਕਰ ਰਹੇ ਹੈ। ਇਹਦੇ ਵਿੱਚ 3 ਸਾਲ ਤੋਂ ਮੇਰਾ ਖਿਆਲ 10-10 ਸਾਲ ਵਾਲੇ ਵੀ ਹੈਗੇ, 7 ਸਾਲ ਵਾਲੇ। ਕਿੰਨੇ ਮੁਲਾਜ਼ਮ, ਕਿੰਨੇ ਅਫਸਰਾਂ ਦੇ ਚੇਤੇ ਆ? ਅਫਸਰਾਂ ਦੇ ਬਹੁਤ ਜ਼ਿਆਦਾ ਚੇਤੇ ਆ, ਜਿਹੜੇ ਆਪਣੇ ਇਸ ਟਾਈਮ 'ਤੇ ਇਹਨਾਂ ਨੂੰ ਡਿਸਮਿਸ ਨਹੀਂ ਕੀਤਾ ਗਿਆ। ਅਸੀਂ ਜਿਹੜੇ 2-250 ਮੁਲਾਜ਼ਮਾਂ ਜਿਹੜੇ ਹੁਣ ਸਾਡੀ ਅਸੀਂ ਨਾਲ ਤੁਰੇ ਫਿਰਦੇ ਹਾਂ, ਉਹਨਾਂ ਬੰਦਿਆਂ ਨੂੰ ਡਿਸਮਿਸ ਕਰਤਾ, ਇਹਨਾਂ ਬੰਦਿਆਂ ਨੂੰ ਡਿਸਮਿਸ ਨਹੀਂ ਕੀਤਾ ਗਿਆ ਜੀ। ਕੀ ਸਮਝੋਗੇ, ਕਿਉਂ ਸਰਕਾਰ ਦੀ ਪਾਲਿਸੀ, ਕਿਉਂ ਕਾਰਨ ਕੀ ਹੈ? ਦੇਖੋ ਜੀ, 3 ਵਾਰੀ ਮੈਂ ਜਾਇਆ DGP ਸਾਹਿਬ ਕੋਲ, ਜਾਇਆ CM ਸਾਹਿਬ ਨੂੰ ਵੀ ਦੇਤਾ ਮੈਂ ਮੰਗ ਪੱਤਰ, ਉਦੋਂ ਬਾਅਦ ਪ੍ਰੈਸ 28 ਸੈਕਟਰ 'ਚ ਵੀ ਮੈਂ ਪ੍ਰੈਸ ਕਾਨਫਰੰਸ ਕੀਤੀ ਹੈ, ਪਰ ਹੁਣ ਸਾਡੀ ਕੋਈ ਸੁਣਵਾਈ ਨਹੀਂ ਅਜੇ ਤੱਕ, ਕੋਈ ਸਾਨੂੰ ਇਨਫੋਰਮੇਸ਼ਨ। ਹੁਣ ਮੈਂ ਤਾਂ ਇਹੀ ਕਰ ਸਕਦਾ ਵੀ ਜਾਂ ਤਾਂ ਸਿਆਸੀ ਹੈ ਅਤੇ ਜਾਂ ਫਿਰ ਅੰਡਰਟੇਬਲ ਹੈ ਜੀ। ਅਤੇ ਅਸੀਂ ਵੀ ਆਹ ਸਰਕਾਰ ਆਊਗੀ ਅਤੇ ਸਾਨੂੰ ਕਈ ਜਿਹੜੇ ਆਪਣੇ ਲੀਡਰ ਸੀ ਉਹਨਾਂ ਨੇ ਸਾਡੇ ਨਾਲ ਵਾਅਦੇ ਵੀ ਕੀਤੇ ਸੀ, ਘਰੋਂ ਘਰੀ ਜਾ ਕੇ ਵਾਅਦੇ ਕਰਕੇ ਆਏ ਹੈ ਵੀ ਤੁਹਾਡੇ ਨਾਲ ਸਾਡੇ ਨਾਲ ਜੁੜੋ, ਤੁਹਾਨੂੰ ਆਹ ਕਰਾਵਾਂਗੇ, ਪਰ ਸਾਡੀ ਫੇਰ ਨਹੀਂ ਸੁਣਵਾਈ ਹੋਈ।